ਅਨਮੋਲ ਬਿਸ਼ਨੋਈ ਵਾਲੀ ਵੀਡੀਓ ਤੋਂ ਬਾਅਦ ਕਰਨ ਔਜਲਾ ਨੇ ਨਵੇਂ ਗਾਣੇ 'ਚ ਰੱਖਿਆ ਆਪਣਾ ਪੁਆਇੰਟ ਆਫ View ਮੇਰੇ ਦੁਨੀਆ ਤਰਫ ਨੂੰ ਵੀ ਜੱਜ ਕਰਦੀ ਨਵੇਂ ਗੀਤ 'ਚ ਕਰਨ ਔਜਲਾ ਨੇ ਕਹਿਤੀਆਂ ਵੱਡੀਆਂ ਗੱਲਾਂ ਇਸ ਗੀਤ ਰਾਹੀਂ ਕਰਨ ਔਜਲਾ ਨੇ ਫਰੋਲੇ ਆਪਣਾ ਦਰਦ ਇਨਾਂ ਦੇ ਕਸੂਰ ਨੇ ਹੈ ਉਤਾ ਬੜੀ ਦੂਰ ਨੇ ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ ਇਸ ਨਵੇਂ ਗਾਣੇ ਰਾਹੀਂ ਕਰਨ ਔਜਲਾ ਨੇ ਲੋਕਾਂ ਦੇ ਸਵਾਲਾਂ ਦੇ ਦਿੱਤੇ ਜਵਾਬ ਘਰੇ ਪਰਿਵਾਰ ਨੂੰ ਉਡੀਕ ਹੈ ਪ੍ਰੋ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਤ ਸਿੰਘ ਪਿਛਲੇ ਦਿਨਾਂ ਦੇ ਵਿੱਚ ਕਾਰਨੌਜ ਲਾਹੌਰ ਸ਼ਹਿਰੀ ਮਾਨ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਪ੍ਰੋਗਰਾਮ ਦੇ ਉੱਪਰ ਦੋਨੋਂ ਗਾ ਰਹੇ ਹੁੰਦੇ ਨੇ ਕਿਸ ਦਾ ਵਿਆਹ ਹੁੰਦਾ ਔਰ ਜਿਸ ਦਾ ਵਿਆਹ ਹੁੰਦਾ ਉਸ ਦਾ ਨਾਂ ਹੈ ਕਰਮਵੀਰ ਸਿੰਘ ਦਿਓ ਜੋ ਕਿ ਕਿਸੇ ਟਾਈਮ ਰਵੀ ਖਵਾਜ ਕਾ ਦੇ ਮਰਡਰ ਕੇਸ ਦੇ ਵਿੱਚ ਵੀ ਸਜ਼ਾ ਭੁਗਤ ਚੁੱਕਿਆ ਔਰ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਅਲਾਈਅੰਸ ਸੀ ਉਸ ਤੋਂ ਬਾਅਦ ਹੋ ਕਿਵੇਂ ਜਿਹੜਾ ਲਾਰੈਂਸ ਗਰੁੱਪ ਦੇ ਵੱਲ ਗਿਆ ਕਿਉਂਕਿ ਅਨਮੋਲ ਬਿਸ਼ਨੋਈ ਦੇ ਨਾਲ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਅਨਮੋਲ ਬਿਸ਼ਨੋਈ ਵੇਖਿਆ ਜਾਂਦਾ ਵੀਡੀਓ ਦੇ ਵਿੱਚ ਉੱਥੇ ਵਿਆਹ ਸਮਾਗਮ ਦੇ ਵਿੱਚ ਸ਼ਹਿਰੀ ਮਾਨ ਤੇ ਕਰਨ ਔਜਲਾ ਪਰਫਾਰਮ ਕਰ ਰਹੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਮੀਡੀਆ ਦੇ ਵਿੱਚ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਰਨ ਔਜਲਾ ਦੇ ਵੱਲੋਂ ਸਪਸ਼ਟੀਕਰਨ ਵੀ ਦਿੱਤਾ ਜਾਂਦਾ ਇੰਸਟਾਗ੍ਰam ਦੇ ਉੱਪਰ ਉਸਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਉਸ ਦਾ ਕਹਿਣਾ ਸੀ ਕਿ ਮੈਨੂੰ ਨਹੀਂ ਪਤਾ ਕਿ ਉੱਥੇ ਕੌਣ ਮਹਿਮਾਨ ਆਏ ਹੋਏ ਸੀ ਜਾਂ ਅਸੀਂ ਮਹਿਮਾਨਾਂ ਦੀ ਲਿਸਟ ਨਹੀਂ ਵੇਖਦੇ ਅਸੀਂ ਪ੍ਰੋਗਰਾਮ ਜਦੋਂ ਬੁੱਕ ਕਰਦੇ ਹਾਂ ਅਨਮੋਲ ਬਿਸ਼ਨੋਈ ਉਹ ਗੈਂਗਸਟਰ ਹੈ ਜੋ ਲਾਰਸ ਬਿਸ਼ਨੋਈ ਦਾ ਭਰਾ ਔਰ ਸੇ ਦੋਮੂ ਸੇ ਵਾਲਾ ਮਰਡਰ ਕੇਸ ਦੇ ਵਿੱਚ ਬਤੌਰ ਮੁਲਜ਼ਮਚਾਰ ਸ਼ੀਟ ਦੇ ਵਿੱਚ ਉਸ ਦਾ ਨਾਂ ਹੈ ਔਰ ਦਿੱਲੀ ਦਾ ਸਪੈਸ਼ਲ ਸਟਾਫ ਸਮੇਤ ਪੰਜਾਬ ਪੁਲਿਸ ਨੂੰ ਉਸ ਦੀ ਭਾਲ ਸੀ ਤਾਂ ਦੱਸ ਦਈਏ ਕਿ ਹੁਣ ਕਰਨ ਔਜਲਾ ਦਾ ਨਵਾਂ ਗਾਣਾ ਪੀਓਵੀ ਜਾਨੀ ਕਿ ਪੁਆਇੰਟ ਆਫ 뷰 ਗਾਣਾ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ तमाम ਗੱਲਾਂ ਦੇ ਉੱਪਰੋਂ ਪਰਦਾ ਚੁੱਕਿਆ ਔਰ ਇੱਕ ਕਹਿ ਸਕਦੇ ਆ ਕਿ ਉਸਦੇ ਵੱਲੋਂ ਇੱਕ ਕਲੈਰੀਫਿਕੇਸ਼ਨ ਜਾਂ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ ਹਾਲਾਂਕਿ ਕਰਨ ਔਜਲਾ ਦੇ ਵੱਲੋਂ ਇਹ ਗਾਣਾ ਜਰੂਰ ਰਿਲੀਜ਼ ਕੀਤਾ ਗਿਆ ਤਾਂ ਲੱਖਾਂ ਜਿਹੜੇ ਵਿਊ ਨੇ ਉਸਦੇ ਉੱਪਰ ਆਏ ਪਰ ਉਸ ਗਾਣੇ ਦੇ ਉੱਪਰ ਤੁਹਾਨੂੰ ਦਿਖਾਵਾਂਗੇ ਉਸ ਗਾਣੇ ਨੂੰ ਡੀਕੋਡ ਕਰਾਂਗੇ ਕਿ ਆਖਰਕਾਰ ਉਸ ਗਾਣੇ ਦੇ ਵਿੱਚ ਜੋ-ਜੋ ਗੱਲਾਂ ਕਈਆਂ ਗਈਆਂ ਉਹ ਕਿਸ ਲਈ ਕਈਆਂ ਗਈਆਂ ਔਰ ਉਹਨਾਂ ਦਾ ਮੰਤਵ ਕੀ ਬੰਦਾ ਤਾਂ ਤੁਹਾਨੂੰ ਦੱਸ ਦਿਆਂ ਕਿ ਅੱਜ ਕਰਨ ਔਜਲਾ ਦਾ ਜਿਹੜਾ ਗਾਣਾ ਆ ਪੀਓਵੀ ਕਰਨ ਔਜਲਾ ਦਾ ਜਦੋਂ ਪੀਓਵੀ ਗਾਣਾ ਆਉਂਦਾ ਤਾਂ ਉਸ ਗਾਣੇ ਦੇ ਵਿੱਚ ਜੋ ਗੱਲਾਂ ਉਸਨੇ ਕਹੀਆਂ ਉਹ ਵੀ ਤੁਹਾਨੂੰ ਦੱਸਾਂਗੇ ਕਰਨ ਔਜਲਾ ਇਸ ਦੇ ਵਿੱਚ ਕਈ ਗੱਲਾਂ ਦਾ ਜ਼ਿਕਰ ਕਰਦਾ ਇਸ ਗਾਣੇ ਦੇ ਵਿੱਚ ਉਸਨੇ ਕਈ ਸਵਾਲ ਵੀ ਖੜੇ ਕੀਤੇ ਨੇ ਉਸਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਮੁਸੀਬਤਾਂ ਨਹੀਂ ਚੁਣੀਆਂ ਮੁਸੀਬਤਾਂ ਬਣ ਜਾਂਦੀਆਂ ਨੇ ਮੇਰੇ ਅੱਗੇ ਆ ਕੇ ਪਰ ਉਸ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਮੇਰੇ ਵੀ ਪਰਿਵਾਰ ਨੂੰ ਮੇਰੀ ਲੋੜ ਹੈ ਮੇਰੀਆਂ ਵੀ ਭੈਣਾਂ ਜਿਹੜੀਆਂ ਮੇਰੇ ਤੋਂ ਪੁੱਛਦੀਆਂ ਨੇ ਕਿ ਇਹ ਕੀ ਹੋ ਰਿਹਾ ਹੈ ਤਾ ਉਸ ਦੇ ਵੱਲੋਂ ਕਿਹਾ ਉਹ ਕਹਿੰਦਾ ਮੈਂ ਕਹਿਣਾ ਕਿ ਸਭ ਕੁਝ ਠੀਕ ਹੈ ਤੇ ਨਾਲ ਹੀ ਕਰਨ ਔਜਲਾ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਉਸ ਦੇ ਵੱਲੋਂ ਆਪਣੇ ਤੇ ਹੋਏ ਹਮਲਿਆਂ ਦਾ ਜ਼ਿਕਰ ਵੀ ਇਸ ਗਾਣੇ ਦੇ ਵਿੱਚ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਿਆਂ ਗਾਣੇ ਦੇ ਵਿੱਚ ਕਰਨ ਔਜਲਾ ਦੇ ਵੱਲੋਂ ਇਹ ਗਾਣਾ ਜਿਹੜਾ ਅੱਜ ਰਿਲੀਜ਼ ਹੋਇਆ ਉਸ ਦੇ ਵਿੱਚ ਕਈ ਗੱਲਾਂ ਕੀਤੀਆਂ ਗਈਆਂ ਉਸ ਦੇ ਵਿੱਚ ਕਰਨ ਔਜਲਾ ਦੇ ਵੱਲੋਂ ਲਿਖਿਆ ਗਿਆ ਹੈ ਮਰਨੇ ਨੂੰ ਕਿਹਦਾ ਦਿਲ ਕਰਦਾ ਯਾਨੀ ਕਿ ਉਸ ਨੇ ਕਿਹਾ ਕਿ ਜੋ ਚੀਜ਼ਾਂ ਤੁਸੀਂ ਵੀਡੀਓ ਦੇ ਵਿੱਚ ਕਿਉਂਕਿ ਵੀਡੀਓ ਦੇ ਵਿੱਚ ਜਦੋਂ ਅਨਮੋਲ ਬਿਸ਼ਨੋਈ ਆਉਂਦਾ ਤਾਂ ਬਹੁਤ ਸਵਾਲ ਜਿਹੜੇ ਆ ਉਹ ਖੜੇ ਕਰਦੇ ਆ ਲੋਕ ਕਿਉਂਕਿ ਵੀਡੀਓ ਦੇ ਵਿੱਚ ਲੋਕ ਕੇ ਸਵਾਲ ਕਰਦਾ ਕਿ ਆਖਰਕਾਰ ਅਨਮੋਲ ਬਿਛਨੋਈ ਉਥੇ ਕੀ ਕਰ ਰਹੀ ਤਾਂ ਕਰਨ ਔਜਲਾ ਇੱਕ ਟੱਪੇ ਦੇ ਵਿੱਚ ਇਹ ਵੀ ਗੱਲ ਲਿਖਦਾ ਹੈ ਕਿ ਜਿਨ੍ਹਾਂ ਦੇ ਕਸੂਰ ਨੇ ਉਹ ਤਾਂ ਬੜੀ ਦੂਰ ਨੇ ਨਾ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ ਤਾਂ ਇਹ ਇਸ਼ਾਰਾ ਕਿ ਤਨਾ ਕਿਤੇ ਉਹ ਉਹਨਾਂ ਗੈਂਗਸਟਰਾਂ ਦੇ ਵੱਲ ਕਰ ਰਿਹਾ ਹੋ ਸਕਦਾ ਹੈ ਜੋ ਹਜੇ ਤੱਕ ਗ੍ਰਿਫਤ ਤੋਂ ਬਾਹਰ ਨੇ ਤੇ ਉਸਨੇ ਕਿਹਾ ਕਿ ਨਾ ਤੇਰੇ ਮੇਰੇ ਵਰਗੇ ਦਾ ਲੱਗਦਾ ਤੇ ਉਸ ਤੋਂ ਬਾਅਦ ਉਸਨੇ ਇਹ ਵੀ ਗੱਲ ਲਿਖੀ ਹੈ ਕਰਨ ਔਜਲਾ ਇਹ ਵੀ ਗੱਲ ਲਿਖਦੇ ਨੇ ਕਿ ਕਿਸੇ ਬਾਰੇ ਬੋਲਣਾ ਚੰਗਾ ਨਹੀਂ ਉਹ ਲੱਗਦਾ ਸਫਾਈਆਂ ਤਾਈਆਂ ਦਿੱਤੀਆਂ ਸਫਾਈਆਂ ਤੁਸੀਂ ਮੰਗੀਆਂ ਜਾਨੀ ਕਿ ਉਹ ਕਿਤਨਾ ਕਿਤੇ ਆਪਣੀ ਸਟੋਰੀ ਦਾ ਜ਼ਿਕਰ ਕਰਦਾ ਕਿ ਜਿਸ ਦਿਨ ਮੈਂ ਸਟੋਰੀ ਪਾਈ ਉਹ ਮੈਂ ਸਟੋਰੀ ਤਾਂ ਪਾਈ ਉਹ ਸਫਾਈ ਮੈਂ ਤਾਂ ਦਿੱਤੀ ਕਿਉਂਕਿ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਇਸ ਹਸਾਬ ਦੇ ਨਾਲ ਉਹ ਖਬਰ ਚੱਲਦੀ ਹੈ ਜਾਂ ਲੋਕਾਂ ਦੇ ਵਿੱਚ ਕਾਫੀ ਵਾਇਰਲ ਹੁੰਦੀ ਹੈ ਇੰਸਟਾਗ੍ਰam ਦੇ ਵਿੱਚ ਜਿਹੜਾ ਕਾਫੀ ਵਾਇਰਲ ਹੁੰਦੀ ਹੈ ਉਹ ਲੋਕ ਸਵਾਲ ਵੀ ਖੜੇ ਕਰਦੇ ਆ ਤਾਂ ਦੱਸਦੇ ਕਿ ਇੱਕ ਹੋਰ ਗੱਲ ਲਿਖੀ ਗਈ ਹੈ ਕਾਰਨੌਜਲਾ ਨੇ ਆਪਣੇ ਹੋਏ ਆਪਣੇ ਉੱਤੇ ਹੋਏ ਅਟੈਕ ਬਾਰੇ ਵੀ ਗੱਲ ਲਿਖੀ ਹੈ ਤੇ ਉਹ ਲਿਖਦਾ ਹੈ ਕਿ ਤਾਂ ਉਹ ਕਹਿੰਦਾ ਕਿ ਸਾਨੂੰ ਕਿਹੜਾ ਕੋਈ ਪੁੱਛਦਾ ਸਾਡੇ ਘਰਾਂ 'ਚ ਵੀ 5 ਵਾਰ ਚੱਲੀਆਂ ਯਾਨੀ ਕਿ 5 ਵਾਰ ਜਦੋਂ ਕਰਨ ਔਜਲਾ ਦੇ ਉੱਪਰ ਹਮਲਾ ਹੁੰਦਾ ਜੀ ਹਾਂ ਦੱਸਦੇ ਕਿ ਤੁਹਾਨੂੰ ਯਾਦ ਹੋਊਗਾ ਸਰੀ ਦੇ ਵਿੱਚ 8 ਜੂਨ 2019 ਨੂੰ ਕਰਨ ਔਜਲਾ ਦੇ ਇੱਕ ਘਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਜਿਸ ਤੋਂ ਬਾਅਦ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਉਹ ਕਰਨ ਔਜਲਾ ਦੇ ਫਰੈਂਡ ਦਾ ਘਰ ਸੀ ਕਰਨ ਔਜਲਾ ਉਤੋਂ 5-6 ਮਹੀਨੇ ਪਹਿਲਾਂ ਹੀ ਮੂਵ ਕਰ ਚੁੱਕਿਆ ਸੀ ਤਾਂ ਦੱਸਦੇ ਕਿ ਸੰਦੀਪ ਰਿਹਾਨ ਔਰ ਕਰਨ ਔਜਲਾ ਦੇ ਉੱਪਰ ਇੱਕ ਵਾਰ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਸੁਖਪ੍ਰੀ ਬੁੱਢਾ ਗੈਂਗਸਟਰ ਜਿਸ ਦਾ ਜਿਸ ਦੇ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਕਾਫੀ ਗੱਲਾਂ ਸਾਹਮਣੇ ਹੈ ਹੈਰੀ ਚੱਠਾ ਗੈਂਗਸਟਰ ਦਾ ਵੀ ਨ ਪੋਸਟਾਂ ਵੀ ਪਈਆਂ ਜ਼ਿੰਮੇਵਾਰੀਆਂ ਵੀ ਲਈਆਂ ਗਈਆਂ ਗੈਂਗਸਟਰ ਸੁਖਪਰੀ ਬੁੱਢਾ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕਰਨ ਔਜਲਾ ਚੰਡੀਗੜ੍ਹ ਆਉਂਦਾ ਜਦੋਂ ਭਾਰਤ ਦੇ ਟੂਰ ਤੇ ਆਉਂਦਾ ਤਾਂ ਉਸ ਦੌਰਾਨ ਕਰਨ ਔਜਲਾ ਦੇ ਨਾਲ ਜੋ ਸਾਥੀ ਸੰਦੀਪ ਰਹਿਣ ਹੁੰਦਾ ਉਸ ਨੂੰ ਇੱਕ WhatsApp ਕਾਲ ਆਉਂਦੀ ਹੈ ਜਿਸ ਤੋਂ 20 ਲੱਖ ਰੁਪਏ ਮੰਗਿਆ ਜਾਂਦਾ ਐਕਸਟਰੂਸ਼ਨ ਮਨੀ ਉਹ ਜਿਹੜੀ ਕਾਲ ਸੀ ਕਿਹਾ ਜਾਂਦਾ ਹੈ ਕਿ ਉਹ ਸੁਖਪਰੀ ਬੁੱਢਾ ਦੇ ਨਾਮ ਹੇਠ ਜਿਹੜੀ ਹੈ ਕੀਤੀ ਗਈ ਤਾਂ ਦੱਸਦੇ ਕਿ ਸੁਖਪਰੀ ਬੁੱਢਾ ਦੇ ਵੱਲੋਂ ਹਾਲਾਂਕਿ ਦਵਿੰਦਰ ਬੰਬੀਹਾ ਇੱਕ ਪੇਜ ਦੇ ਉੱਪਰ ਪੋਸਟ ਵੀ ਪੈਂਦੀ ਹੈ ਕਿ ਸੁਖਪਰੀ ਬੁੱਢਾ ਦਾ ਨਾਮ ਲੈ ਕੇ ਕੀ ਮੈਂ ਜ਼ਿੰਮੇਵਾਰੀ ਲੈਣਾ ਤਾਂ ਦੱਸ ਦੇ ਕਿ ਕਰਨ ਔਜਲਾ ਦੇ ਬਲੋਂ तमाम ਇਹਨਾਂ ਗੱਲਾਂ ਦਾ ਜ਼ਿਕਰ ਇਸ ਗਾਣੇ ਦੇ ਵਿੱਚ ਕੀਤਾ ਗਿਆ ਔਰ ਉਸ ਤੋਂ ਬਾਅਦ ਉਸ ਦੇ ਵੱਲੋਂ ਮੀਡੀਆ ਦੇ ਉੱਪਰ ਵੀ ਕਿਹਾ ਗਿਆ ਉਸ ਦੇ ਵੱਲੋਂ ਬੋਲਿਆ ਗਿਆ ਕਿ ਮੀਡੀਆ ਨੇ ਕਈ ਸਟੋਰੀਆਂ ਬਣਾਈਆਂ ਪਰ ਜੇ ਗੱਲ ਕਰੀਏ ਤਾਂ ਸਟੋਰੀਆਂ ਜਿਹੜੀਆਂ ਨੇ ਉਹ ਜਦੋਂ ਵੀਡੀਓ ਬਣੀ ਤਾਂ ਉਸ ਤੋਂ ਬਾਅਦ ਸਟੋਰੀਆਂ ਬਣੀਆਂ ਤਾਂ ਉਹ ਵੀਡੀਓ ਦਾ ਜਿਹੜਾ ਡੀਕੋਡ ਕਿਤਨਾ ਕਿਤੇ ਉਹ ਫਿਰ ਕਈ ਜਰਨਲਿਸਟ ਨੇ ਕੀਤਾ ਵੀ ਤਾਂ ਦੱਸ ਦिए ਕਿ ਇੱਕ ਕਰਨ ਔਜਲਾ ਆਪਣੇ ਪਰਿਵਾਰ ਦੀ ਗੱਲ ਵੀ ਕਰਦਾ ਹੈ ਤੇ ਕਰਨ ਔਲ ਲਿਖਦਾ ਕਿ ਘਰੇ ਮੇਰੀ ਵੀ ਤਾਂ ਪਰਿਵਾਰ ਨੂੰ ਉਡੀਕ ਹੈ ਮੇਰੀ ਭੈਣ ਪੁੱਛਦੀ ਫੇਰ ਵੀ ਕਹਿ ਦਿੰਦਾ ਸਭ ਕੁਝ ਠੀਕ ਹੈ ਉਹ ਕਹਿੰਦਾ ਕਿ ਮੇਰਾ ਪਰਿਵਾਰ ਵੀ ਮੈਨੂੰ ਪੁੱਛਦਾ ਕਿ ਆਖਰਕਾਰ ਕੀ ਹੋ ਰਿਹਾ ਤਾਂ ਮੈਂ ਜਿਹੜਾ ਇਹ ਕਹਿ ਦਿੰਨਾ ਕਿ ਸਭ ਠੀਕ ਹੈ ਸਭ 올 ਰਾਈਟ ਹੈ ਤਾਂ ਇਹ ਸਭ ਕੁਝ ਗੱਲਾਂ ਆਈਆਂ ਕਰਨ ਓਇਲਾ ਦੇ ਵੱਲੋਂ ਇਸ ਗਾਣੇ ਦੇ ਵਿੱਚ ਕਹੀਆਂ ਗਈਆਂ ਔਰ ਨਾਲ ਜਿਹੜਾ ਇਹ ਵੀ ਗੱਲ ਲਿਖੀ ਹੈ ਕਿ ਮੁਸੀਬਤਾਂ ਤਾਂ ਬਣੀਆਂ ਮੁਸੀਬਤਾਂ ਨਹੀਂ ਚੁਣੀਆਂ ਤਾਂ ਉਸਨੇ ਕਿਹਾ ਕਿ ਮੈਂ ਕਦੇ ਵੀ ਉਸ ਦਾ ਕਹਿੰਦਾ ਜਿਹੜਾ ਭਾਵੇਂ ਹੈ ਉਸ ਦੀ ਕਹਿਣ ਦੀ ਜਿਹੜੀ ਹੈ ਇਹ ਪੁਆਇੰਟ ਓਬਵੀ ਹੋ ਸਕਦਾ ਹੈ ਕਿ ਮੈਂ ਮੁਸੀਬਤਾਂ ਨਹੀਂ ਚੁਣਦਾ ਮੁਸੀਬਤਾਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ ਤਾਂ ਜਿਸ ਸਾਦ ਨੂੰ ਵੀਡੀਓ ਬਣੀ ਉਸ ਤੋਂ ਬਾਅਦ ਕਾਰਨ ਔਜਲਾ ਸਪਸ਼ਟੀ ਕਰਨਾ ਹੈ ਕਿ ਉਹ ਵੀਡੀਓ ਦੇ ਵਿੱਚ ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੇ ਖਾੜਾ ਲਾਉਣਾ ਹੈ ਅਸੀਂ ਕਿੱਥੇ ਬੁਕਿੰਗ ਕੀਤੀ ਹੈ ਤੇ ਉੱਥੇ ਕਿਹੜੇ ਮਹਿਮਾਨ ਆਉਣਗੇ ਇਹ ਗੱਲ ਹੈ ਵੀ ਠੀਕ ਵੈਸੇ ਕਿਉਂਕਿ ਕਲਾਕਾਰਾਂ ਨੂੰ ਜਿਹੜਾ ਕੋਈ ਇੰਟਰਸਟ ਨਹੀਂ ਹੁੰਦਾ ਕਿ ਉੱਥੇ ਕਿਸ ਨੇ ਆਉਣਾ ਹੈ ਕਿਹੜੇ ਮਹਿਮਾਨ ਨੇ ਆਉਣਾ ਕੋਈ ਵੀ ਕਲਾਕਾਰ ਅਜਿਹਾ ਕਦੇ ਨਹੀਂ ਪੁੱਛਦਾ ਦੱਸ ਦੇ ਕਿ ਗੱਲ ਹੋਰ ਲਿਖੀ ਹੈ ਕਿ ਕਰਨ ਔਜਲਾ ਨੇ ਇੱਕ ਗੱਲ ਹੋਰ ਲਿਖੀ ਹੈ ਕਿ ਗਰੀਬ ਕੋਲ ਪੈਸੇ ਦੀ ਸੱਚੇ ਕੋਲ ਸਬੂਤ ਦੀ ਹਮੇਸ਼ਾ ਘਾਟ ਹੁੰਦੀ ਹੈ ਇਹ ਗੱਲ ਕਰਨ ਔਜਲਾ ਦੇ ਵੱਲੋਂ ਕਿਤਨਾ ਕਿਤੇ ਆਪਣੇ ਆਪ ਕਿ ਤੁਸੀਂ ਕੁਝ ਮਰਜੀ ਉਸ ਤੋਂ ਬਾਅਦ ਕਿਉਂਕਿ ਜਿਸ ਹਿਸਾਬ ਦੇ ਨਾਲ ਉਹ ਵੀਡੀਓ ਨੂੰ ਡੀਕੋਡ ਕੀਤਾ ਗਿਆ ਤਾਂ ਉਸ ਤੋਂ ਬਾਅਦ ਕਾਰਨੌਲੇਗਾ ਲਿਖ ਰਿਹਾ ਹੈ ਕਿ ਸੱਚੇ ਕੋਲ ਸਬੂਤ ਦੀ ਔਰ ਗਰੀਬ ਕੋਲ ਪੈਸੇ ਦੀ ਜਿਹੜੀ ਆ ਉਹ ਘਾਟ ਰਹੀ ਦੀ ਆ ਤਾਂ ਅਝੀਆਂ ਲੈਣਾ ਦੇ ਨਾਲ ਜਿਹੜਾ ਕਾਰਨੌਜਲਾ ਨੇ ਕਿਤਨਾ ਕਿਤੇ ਆਪਣਾ ਪੁਆਇੰਟ ਆਫ View ਕਿਉਂਕਿ ਪੁਆਇੰਟ ਆਫ View ਇਸ ਗਾਣੇ ਦਾ ਨਾਮ ਹੈ ਪੀਓਵੀ ਪੁਆਇੰਟ ਆਫ View ਉਸ ਨੇ ਰੱਖਿਆ ਲੋਕਾਂ ਦੇ ਸਾਹਮਣੇ ਜਨਤਾ ਦੇ ਸਾਹਮਣੇ ਰੱਖਿਆ ਤੇ ਨਾਲ ਹੀ ਜਿਹੜਾ ਕਈ ਗੱਲਾਂ ਉਸ ਨੇ ਟਾਕਸ਼ ਦੇ ਵਿੱਚ ਕਈਆਂ ਵੀ ਨੇ ਕਈ ਗੱਲਾਂ ਉਹ ਜੋ ਦਿਲ ਦੀਆਂ ਗੱਲਾਂ ਸੀ ਉਸ ਦੀਆਂ ਉਹ ਕਹਿਣਾ ਚਾਹੁੰਦਾ ਸੀ ਉਹ ਇਸ ਗਾਣੇ ਦੇ ਥਰੂ ਲੋਕਾਂ ਨੂੰ ਕਹਿ ਵੀ ਚੁੱਕਿਆ ਔਰ ਨਾਲ ਹੀ ਜਿਹੜਾ ਉਸਨੇ ਕਈ ਵੀ ਗੱਲ ਕੀਤੀ ਆਪਣੇ ਪਰਿਵਾਰ ਨੂੰ ਲੈ ਕੇ ਕਿ ਭਾਈ ਸਾਡੇ ਵੀ ਪਰਿਵਾਰ ਨੂੰ ਸਾਡੀ ਲੋੜ ਹੈ ਅਸੀਂ ਕਿਹੜਾ ਮਰਨ ਨੂੰ ਕਾਲੇ ਫਿਰਦੇ ਆ ਤਾਂ ਉਸਨੇ ਕਿਉਂਕਿ ਇਹ ਨਾ ਇਹ ਗੱਲ ਉਸਨੇ ਤਾਂ ਕਹੀ ਹੋ ਸਕਦੀ ਹੈ ਕਿਉਂਕਿ ਜਿਸ ਹੱਬ ਦਾ ਉਹਦਾ ਗੈਂਗਸਟਰਾਂ ਦੇ ਨਾਲ ਨਾਤਾ ਜੋੜਿਆ ਗਿਆ ਉਸ ਤੋਂ ਬਾਅਦ ਗੱਲਾਂ ਬਣੀਆਂ ਚਰਚਾਵਾਂ ਚੱਲੀਆਂ ਤਾਂ ਉਸਨੇ ਗੱਲ ਕਹੀ ਹੈ ਕਿ ਕਿਹਦਾ ਮਰਨ ਨੂੰ ਜੀ ਕਰਦਾ ਜਦੋਂ ਕਰਨ ਔਲਾ ਦੀਆਂ ਇਹ ਵੀਡੀਓਜ਼ ਆਉਂਦੀਆਂ ਉਸ ਤੋਂ ਬਾਅਦ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੀ ਜਿਹੜੇ ਐ ਬੋਲਦੇ ਨਜ਼ਰ ਆਉਂਦੇ ਉਹ ਵੀ ਕਹਿੰਦੇ ਨੇ ਕਿ ਸਾਨੂੰ ਤਾਂ ਸਾਰੀ ਰਲ ਮਿਲ ਲੱਗਦਾ ਤਾਂ ਕਿ ਆਰ ਨੌਜਲਾ ਦੇ ਵੱਲੋਂ ਕਿਉਂਕਿ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਉਹ ਸਿੱਧੂ ਮੂਸੇਵਾਲਾ ਦੇ ਨਾਲ ਜਿਹੜਾ ਉਹਨਾਂ ਦੀ ਗੱਲ ਹੋਈ ਸੀ ਉਹਨਾਂ ਦਾ ਚੀਜ਼ਾਂ ਜਿਹੜੀਆਂ ਨੇ ਸੌਲਟ ਆਊਟ ਹੋ ਗਈਆਂ ਸੀ ਗੱਲਾਂ ਜਿਹੜੀਆਂ ਨੇ ਉਹ ਠੀਕ ਹੋ ਗਈਆਂ ਸੀ ਕੋਈ ਐਦਾਂ ਦੀ ਗੱਲ ਨਹੀਂ ਸੀ ਉਹਨੇ ਇਹ ਵੀ ਕਿਹਾ ਸੀ ਕਿ ਮੈਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਦੁੱਖ ਵੀ ਜ਼ਾਹਿਰ ਕੀਤਾ ਸੀ ਤਾਂ ਕਿ ਤਨਾ ਕਿਤੇ ਜਿਹੜਾ ਤਮਾਮ ਗੱਲਾਂ ਜਦੋਂ ਸਾਰੀਆਂ ਸਮੂਧਲੀ ਚੱਲ ਰਹੀਆਂ ਸੀ ਜਦੋਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਤਾਂ ਇੱਕੋਦਮ ਵਿੱਚ ਜਿਹੜਾ ਇਸ ਵੀਡੀਓ ਦੀ ਐਂਟਰੀ ਹੋ ਜਾਂਦੀ ਔਰ ਕਾਰ ਨੌਜਲਾ ਦੀ ਜ਼ਿੰਦਗੀ ਦੇ ਵਿੱਚ ਕਹਿ ਸਕਦੇ ਆ ਕਿ ਇੱਕ ਵਾਰ ਫਿਰ ਤੋਂ ਜਿਹੜਾ ਅਪਸ ਐਂਡ ਡਾਊਨ ਜਿਹੜੇ ਆ ਜਾਂਦੀ ਹੈ ਇੱਕ ਵਾਰ ਤਾਂ ਇੰਸਟਾਗ੍ਰam ਦੇ ਉੱਪਰ ਜਿਹੜਾ ਲੋਕਾਂ ਦੇ ਵੱਲ ਕਰਨ ਦੀ ਗੱਲਾਂ ਕਈਆਂ ਗਈਆਂ ਉਹ ਤਾਂ ਅਜਿਹੀਆਂ ਗੱਲਾਂ ਦਾ ਹਵਾਲਾ ਦੇ ਕੇ ਕਰਨ ਔਜਲਾ ਦੇ ਵੱਲੋਂ ਆਪਣੇ ਨਵੇਂ ਗਾਣੇ ਦੇ ਵਿੱਚ ਇੱਕ ਸਪਸ਼ਟੀਕਰਨ ਕਹਿ ਸਕਦੇ ਹਾਂ ਜੋ ਦਿੱਤਾ ਗਿਆ ਪੀਓਵੀ ਪੁਆਇੰਟ ਆਫ 视图 ਜਿਹੜਾ ਹੈ ਕਰਨ ਔਜਲਾ ਨੇ ਆਪਣਾ ਇੱਕ ਪੁਆਇੰਟ ਆਫ 视图 ਰੱਖਿਆ ਜਿਸ ਦੇ ਸਿਰੂ ਉਸਨੇ तमाम ਗੱਲਾਂ ਤੋਂ ਪਰਦੇ ਚੁੱਕੇ ਨੇ तमाम ਗੱਲਾਂ ਜਿਹੜੀਆਂ ਉਸ ਦੇ ਵੱਲੋਂ ਕਈਆਂ ਗਈਆਂ ਨੇ ਕਰਨ ਔਜਲਾ ਦੇ ਵੱਲੋਂ